ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਿਮਾਚਲ ਦੇ ਵਿੱਚ ਬੰਟੀ ਭਾਅ ਜੀ, ਗੁਰਦੀਪ ਭਾਅ ਜੀ, ਉਹਨਾਂ ਦੇ ਘਰ ਅਸੀਂ ਕੀਰਤਨ ਕਰਨ ਗਏ ਸੀ। ਭਾਅ ਜੀ ਨੇ ਬੜੇ ਪ੍ਰੇਮ ਨਾਲ ਸੱਦਿਆ ਅਤੇ ਬੜਾ ਕਹਿੰਦੇ ਸੀ ਭਾਅ ਜੀ ਵੀ ਆਓ ਅਤੇ ਤੁਹਾਨੂੰ ਮੰਦਰ ਕਹਿੰਦੇ ਦਿਖਾ ਕੇ ਲਿਆਉਣਾ ਹੈ, ਬੜਾ ਪੁਰਾਤਨ ਪਾਂਡਵਾਂ ਦੇ ਵੇਲੇ ਦਾ। ਤੋਂ ਬਾਅਦ ਵਿੱਚ ਫਿਰ ਭਾਅ ਜੀ ਸਾਨੂੰ ਲੈ ਕੇ ਦੇਖਣ ਗਏ ਅਤੇ ਵਾਕਿਆ ਹੀ ਐਸਾ ਮੰਦਰ ਦਿਖਾਇਆ ਜੀ, ਨਜ਼ਾਰਾ ਆ ਗਿਆ। ਬਹੁਤ ਵੱਡੀ ਹਿਸਟੋਰੀਕਲ ਜਗ੍ਹਾ ਇਹ ਤਾਂ ਸੀਗੀ, ਅਸੀਂ ਸਮਝਦੇ ਸੀ ਕਿ ਸ਼ਾਇਦ ਉੱਥੇ ਥੋੜ੍ਹਾ ਬਹੁਤ ਹੋਊਗਾ, ਪਰ ਨਹੀਂ ਜੀ, ਕਮਾਲ ਕਰ ਦਿੱਤੀ। ਅਸੀਂ ਭਾਅ ਜੀ ਦਾ ਧੰਨਵਾਦ ਕਰਦੇ ਹਾਂ ਹਰ ਸਾਹ ਨਾਲ ਅਤੇ ਜਿੰਨਾ ਕੁ ਸ਼ੂਟ ਕੀਤਾ ਥੋੜ੍ਹਾ ਬਹੁਤ ਅਸੀਂ ਕਿਹਾ ਤੁਹਾਨੂੰ ਵੀ ਦਿਖਾਵਾਂਗੇ, ਤੁਸੀਂ ਦੇਖੋ ਅਤੇ ਇੰਜੋਏ ਕਰੋ ਜੀ। ਦੇਖਣ ਵਾਲੀ ਜਗ੍ਹਾ ਮੈਂ ਕਹਿੰਦਾ ਮੁੱਲ ਮੁੜ ਜਾਣਗੇ। ਸਾਡਾ ਕਿੰਬਲ ਨੇ ਕੰਮ ਬਣਾਇਆ ਦਿੱਤਾ, ਝੜਬੂਟੀ ਨਾ ਮਾਰ ਲੈ ਖਾਲਸਾ ਜੀ, ਜਗਣਾ ਤਾਂ ਇਹਨੇ ਵੀ ਉੱਤੇ ਹੀ ਆ। ਬਾਬੇ ਦੀ ਥੋੜ੍ਹੀ, ਕਿੱਥੇ ਨੂੰ ਤੁਰੇ ਆ ਬਾਬੇ ਦੀ ਥਲੀ ਕਰੇ ਸਦਾ ਵਾਹਿਗੁਰੂ ਏਦਾਂ ਦਾ ਲੱਗਦਾ ਨਾ ਮਹਾਰਾਜ ਗੁਰੂ ਸਾਹਿਬ ਕਹਿੰਦੇ ਕਿਤੇ ਪਾਣੀ ਸੀ ਇੱਥੇ। ਤੁਸੀਂ ਦੇਖ ਲਓ ਵੀ ਜਿੱਥੋਂ ਦੀ ਜਾ ਰਹੇ ਹਾਂ ਆਪਾਂ, ਰਸਤਾ ਵੀ ਬੜਾ ਲੰਬਾ ਜਾਂਦਾ ਆ, ਖੁੱਲ੍ਹਾ ਮੈਦਾਨ ਕਈ ਕਿਲੋਮੀਟਰ ਤੱਕ, ਇਹ ਸਾਰਾ ਪਾਣੀ ਦਾ ਰਾਹ ਆ। ਦੇਖੋ ਉੱਦਾਂ ਹਿਮਾਚਲ ਦੇ ਵਿੱਚ ਅਸੀਂ ਹੈਰਾਨ ਬੜੇ ਹੋਏ ਕਿ ਪਹਾੜੀਆਂ ਹੀ ਪਹਾੜੀਆਂ ਹੈ, ਪਹਾੜੀ ਇਲਾਕਾ ਆ, ਮੈਦਾਨ ਲੱਭਦਾ ਨਹੀਂ, ਪਰ ਐਡਾ ਵੱਡਾ ਮੈਦਾਨ ਵੀ ਦੁਨੀਆ 'ਤੇ ਕਿਤੇ ਨਹੀਂ ਦੇਖਿਆ ਜਿੱਦਾਂ ਹਿਮਾਚਲ ਦੇ ਵਿੱਚ। ਉਹਦਾ ਕਾਰਨ ਫਿਰ ਇਹ ਪਤਾ ਲੱਗਾ, ਕਹਿੰਦੇ ਕਿ ਸਾਰਾ ਪਾਣੀ ਦੀ ਜਗ੍ਹਾ ਆ। 8 ਮਹੀਨੇ ਸਾਰੀ, ਮੰਨ ਲਓ ਪਾਣੀ ਦੇ ਵਿੱਚ ਦੀ ਜਾ ਰਹੇ ਆਪਾਂ ਜੀ, 8 ਮਹੀਨੇ ਸਾਰੀ ਜਗ੍ਹਾ ਪਾਣੀ 'ਚ ਡੁੱਬੀ ਹੁੰਦੀ, ਸਿਰਫ 4 ਮਹੀਨੇ, ਕਿਉਂਕਿ ਇਹ ਪੌਂਗ ਡੈਮ ਦਾ ਇੱਕ ਪਾਸਾ ਆ, ਜਿਹੜਾ ਡੈਮ ਆ ਨਾ ਤਲਵਾੜੇ ਵਾਲਾ, ਬਹੁਤ ਵੱਡਾ ਜੀ, ਉਹਦੇ ਪਾਣੀ ਕੀ ਸਮੁੰਦਰ ਹੀ ਹੈ ਮੈਂ ਕਹਿੰਦਾ, ਉਹਦਾ ਇਹ ਹਿੱਸਾ ਉਹਦੇ ਵਿੱਚੋਂ ਜਾ ਰਹੇ, ਸਾਰੀ ਪਾਣੀ 'ਚ ਡੁੱਬੀ ਹੁੰਦੀ ਜਗ੍ਹਾ ਟੋਟਲ, ਅਤੇ ਇਹ 4 ਕੁ ਮਹੀਨੇ ਨੰਗੀ ਰਹਿੰਦੀ ਜਗ੍ਹਾ। ਫਿਰ ਇੱਥੋਂ ਨਹੀਂ ਤਾਂ ਲੋਕ ਕਿਸ਼ਤੀਆਂ 'ਚ ਜਾਂਦੇ ਆ 7-8 ਮਹੀਨੇ ਉਹ ਦੇਖਣ ਮੰਦਰ ਨਾ, ਅਤੇ ਆਪਾਂ ਜਾ ਰਹੇ ਹਾਂ ਇਹਨਾਂ ਦਿਨਾਂ ਵਿੱਚ। ਹੁਣ ਬਰਸਾਤਾਂ 'ਚ ਡੁੱਬ ਜਾਣਾ ਕਹਿੰਦੇ, ਬਾਕੀ ਕੁਛ ਫਿਰ ਭਾਅ ਜੀ ਉਹਨਾਂ ਤੋਂ ਅੱਗੇ ਪੁੱਛਿਆ ਸੀ ਇਹਦੇ ਬਾਰੇ, ਉਹ ਤੁਹਾਨੂੰ ਦੱਸਣਗੇ, ਠੀਕ ਆ ਜੀ। ਬਾਕੀ ਨਜ਼ਾਰਾ ਲਓ ਤੁਸੀਂ, ਦੇਖੋ ਮੈਦਾਨ ਕੈਸਾ ਆ, ਗਾਵਾਂ ਚਰਦੀਆਂ, ਕੋਈ ਬਾਹਰਲੇ ਮੁਲਕ ਆ ਕੇ ਲੱਗਦੇ ਕਿਤੇ, ਹੈ ਨਾ। ਤੋ ਇਹ ਸਾਰਾ ਬੜਾ ਦ੍ਰਿਸ਼ ਦੇਖਣ ਯੋਗ ਆ, ਦੇਖਦੇ ਜਾਓ ਜੀ। ਜਗ੍ਹਾ ਤੇ ਕਦੀ ਸ਼ੋਖੀ ਨੀ ਕਰਨੀ ਚਾਹੀਦੀ, ਇੱਥੇ ਜੇ ਤੁਸੀਂ ਖੜੇ ਆ ਨਾ, ਇੱਥੇ 150 ਫੁੱਟ ਪਾਣੀ ਹੁੰਦਾ। ਅੱਛਾ, ਥਣਾ ਉੱਤੋਂ ਉੱਪਰ ਆ, ਜਗ੍ਹਾ ਤਾਂ ਤੁਸੀਂ ਸਾਰੇ ਦੇਖ ਹੀ ਰਹੇ ਹਾਂ। ਫਿਰ ਵੀ ਅਸੀਂ ਜਿਹੜਾ ਕਹਿੰਦੇ ਸਥਾਨਕ ਬੰਦਾ ਸਥਾਨਕ ਹੀ ਹੁੰਦਾ ਆ, ਤੇ ਗੁਰਦੀਪ ਭਾਜੀ ਹੈਗੇ ਨਾਲ, ਭਾਜੀ ਲੈ ਕੇ ਆਏ ਸਾਨੂੰ, ਪਹਿਲਾਂ ਤਾਂ ਭਾਜੀ ਦਾ ਧੰਨਵਾਦ ਜਿੰਨਾ ਕੀਤਾ ਥੋੜ੍ਹਾ, ਹੁਣ ਭਾਜੀ ਥੋੜ੍ਹਾ ਦੱਸਣਗੇ ਇਸ ਜਗ੍ਹਾ ਬਾਰੇ, ਭਾਜੀ ਦੱਸੋ ਮਾੜਾ ਜਿਹਾ। ਇਹ ਭਾਜੀ ਜਿਹੜਾ ਤੁਸੀਂ ਮੰਦਿਰ ਦੇਖ ਰਹੇ ਹੋ ਨਾ, ਇਹ ਐਕਚੁਅਲੀ ਪੁਰਾਤਨ ਮੰਦਿਰ ਹੈ। ਇੱਥੇ ਜਦੋਂ ਪਾਂਡਵਾਂ ਨੂੰ ਬਨਵਾਸ ਹੋਇਆ ਸੀ, ਉਸ ਸਮੇਂ ਦੇ ਵਿੱਚ ਇੱਥੇ ਪਾਂਡਵ ਆਏ ਸੀ, ਤਾਂ ਉਹਨਾਂ ਨੇ ਇਸ ਮੰਦਿਰ ਦੀ ਉਸਾਰੀ ਕੀਤੀ ਸੀਗੀ। ਉਸ ਸਮੇਂ ਦਾ ਜਿਹੜਾ ਇਹ ਮੰਦਿਰ ਹੈ ਇੱਥੇ ਬਣਿਆ ਹੋਇਆ, ਅਤੇ ਕੁਛ ਸਮਾਂ ਪਹਿਲਾਂ ਜਦੋਂ ਇੱਥੇ ਇੰਦਰਾ, ਇੱਥੇ ਡੈਮ ਨਹੀਂ ਬਣਿਆ ਸੀਗਾ, ਜਿਹੜਾ ਡੈਮ ਬਣਾਇਆ ਇੰਦਰਾ ਗਾਂਧੀ ਨੇ ਬਣਾਇਆ, ਉਸ ਸਮੇਂ ਇੱਥੇ ਪੂਰੇ ਮਤਲਬ ਵਸਨੀਕ ਰਹਿੰਦੇ ਸੀ ਪਿੰਡਾਂ। ਇੱਕ ਆ ਜਿੱਥੇ ਆਪਾਂ ਖੜੇ, ਇੱਥੇ ਨੂਰ ਸ਼ਹਿਰ ਹੁੰਦਾ ਸੀਗਾ, ਇੱਥੇ ਰੇਲਵੇ ਸਟੇਸ਼ਨ ਵੀ ਹੁੰਦਾ ਸੀਗਾ, ਇੱਥੋਂ ਰੇਲਵੇ ਸਟੇਸ਼ਨ ਦੀ ਲਾਈਨ ਲੰਘ ਕੇ ਇੱਧਰ ਨੂੰ ਕਾਂਗੜਾ ਜਾਂਦੀ ਸੀਗੀ,
ਤੇ ਜਦੋਂ ਉਹਨਾਂ ਨੇ ਪੂਰਾ ਪਾਣੀ ਚੜਾਇਆ ਤਾਂ ਟ੍ਰੇਨ ਦੀ ਲਾਈਨ ਡੁੱਬ ਗਈ ਤੇ ਉਹਨੂੰ ਪੁੱਟ ਕੇ ਤੇ ਉੱਪਰੋਂ ਲੈ ਗਏ। ਕਮਾਲ ਸਾਰਾ ਕੁਝ ਇੰਦਰਾ ਦੇ ਟਾਈਮ ਹੋਇਆ ਸਾਰਾ। ਇੰਦਰਾ ਨੇ ਡੈਮ ਬਣਾਇਆ ਉਸ ਟਾਈਮ, ਮਤਲਬ ਇਹਨਾਂ ਨੇ ਸਾਰੇ ਲੋਕ ਸੀ ਠਾਤੇ ਸਾਰੇ। ਆ ਸਾਹਮਣੇ ਜਿਹੜਾ ਤੁਸੀਂ ਦੇਖ ਰਹੇ ਹੋ ਸਾਹਮਣੇ ਧਮੇਟਾ ਹੈ ਜੀ, ਸਾਰਾ ਪਾਣੀ ਇਹਨਾਂ ਨੇ ਚੜਾ ਕੇ ਦੇਖਿਆ ਪਾਣੀ ਚੜਦਾ ਕਿੱਥੇ ਤੱਕ, ਪਾਣੀ ਤੇ ਚੜ ਗਿਆ ਬਾਸਾ ਤੱਕ, ਲਾਈਨ ਡੁੱਬ ਗਿਆ, ਸਟੇਸ਼ਨ ਵੀ ਡੁੱਬ ਗਿਆ, ਲੋਕਾਂ ਨੂੰ ਠਾਤਾ ਸੀ ਦਿੱਤਾ। ਉਹਨਾਂ ਬਣਿਆ ਲੋਕਾਂ ਦੇ ਭਲੇ ਵਾਸਤੇ, ਪਰ ਲੋਕੀ ਜਿਹੜੇ ਮਜਬੂਰੀ ਨੂੰ ਉੱਠੇ, ਪਰ ਆਪਣਾ ਘਰ ਆਪਣਾ ਹੁੰਦਾ, ਆਪਣਾ ਘਰ ਆਪਣਾ ਹੁੰਦਾ, ਉਜਾੜਾ ਤਾਂ ਭਾਈ ਜਾਣਾ ਹੀ ਹੁੰਦਾ ਯਾਰ। ਇਹ ਤਾਂ ਜਿਹਨੇ ਦੇਖਿਆ ਉਹਨੂੰ ਪਤਾ, ਇਹ ਮੰਦਰ ਵੀ ਪਾਂਡਵਾਂ ਦੇ ਟਾਈਮ ਦਾ ਆ ਗਿਆ ਜਿਆਦਾ ਹੈ, ਉਸ ਟਾਈਮ ਦਾ ਬਣਿਆ ਜੀ, ਕਮਾਲ ਦੀ ਚੀਜ਼ ਆ ਭਾਜੀ ਗੱਲਬਾਤ ਯਾਰ। ਹਾਲਾਂਕਿ ਥੋੜ੍ਹਾ ਇਹਦੀ ਜਿਹੜੀ ਚਨਾਈ ਹੈ ਉਹ ਮਾਂ ਦੀ ਦਾਲ ਤੇ ਚੂਨੇ ਤੇ ਚੌਲਾ ਦੇ ਆਟੇ ਨਾਲ ਹੋਈ ਹੋਈ ਹੈ ਜੀ, ਤਾਂ ਕਰਕੇ ਪੱਕੀ ਹੈ, ਤਾਂ ਕਰਕੇ ਟਿੱਕੀ ਪਈ ਹੈ, ਜੇ ਸੀਮਟ ਨਾ ਹੁੰਦੀ ਟੁੱਟ ਜਾਣੀ ਸੀ। ਪਾਣੀ ਚੜ ਜਾਂਦਾ ਭਾਜੀ, ਕਹਿੰਦੇ ਸਾਰਾ ਹੀ ਡੁੱਬ ਜਾਂਦਾ ਹੈ। ਹਾਂਜੀ ਹਾਂਜੀ, ਤਾਂ ਦੇਖ ਲਓ ਵੀ ਕੋਈ ਅੱਜ ਦੀ ਸੀਮਟ ਦੀ ਵਾਕਿਆ ਹੋਵੇ ਤਾਂ ਖੁਰ ਕੇ ਗਾ ਜਾ ਵੀ ਇੰਨੇ 11 ਸਾਲ ਹੋ ਗਏ ਆ। ਬਿਲਕੁਲ ਬਿਲਕੁਲ, ਦੇਖ ਲਓ ਵੀ ਉਹ ਇਹ ਤਰੱਕੀ ਕੀਤੀ ਆ, ਉਹ ਚੀਜ਼ਾਂ ਛੱਡ ਕੇ ਕਿਉਂਕਿ ਪਿੱਛੇ ਨੂੰ ਗਏ ਚੂਨੇ ਚਾਨੇ ਛੱਡ ਕੇ, ਇੰਜੀਨੀਅਰ ਬਾਥੂ ਕੀ ਲੜੀ ਕਹਿੰਦੇ ਆ, ਬਾਥੂ ਕੀ ਲੜੀ, ਤੇ ਇਹ ਪਤਾ ਨੀ ਕਿਉਂ ਕਹਿੰਦੇ ਆ ਪਰ ਸ਼ਾਨਦਾਰ ਆ ਜੀ ਇਹ ਇਹ ਜਗ੍ਹਾ। ਮੈਂ ਕਹਿੰਦਾ ਕਰਨ ਦੀ ਕੋਈ ਗੱਲ ਆ, ਦੇਖੋ ਇੰਨੀ ਵੱਡੀ ਕਾਰਾਗਰੀ, 1000 ਸਾਲ ਪੁਰਾਣੀ ਉਹਦਾ ਨਮੂਨਾ ਆ ਹਨਾ ਬਾਥੂ ਕੀ ਲੜੀ। ਯੂ ਆਰ ਵਾਚਿੰਗ ਬਾਥੂ ਕੀ ਲੜੀ, ਦੀਸ ਟੈਂਪਲਸ ਵਾਰ ਬਿਲਟ ਬਾਈ ਪਾਂਡਵਸ। Every year lakhs of people come to see this beautiful place. ਅੰਗਰੇਜ਼ੀ ਦਾ ਭੂਤ ਵਿੱਚ ਆ ਗਿਆ ਸੀ ਅਤੇ ਵਾਕਿਆ ਜੀ ਸ਼ਾਨਦਾਰ ਆ। ਮੈਂ ਕਹਿੰਦਾ ਡਿਸਕਵਰੀ 'ਤੇ ਇਸ ਤਰ੍ਹਾਂ ਦੀ, ਅਸਲ 'ਚ ਮੈਂ ਤਾਂ ਇੱਦਾਂ ਲੱਗਾ ਆਈਟਮ ਲਾਉਣ, ਡਿਸਕਵਰੀ 'ਤੇ ਉਹ ਦੇਖਦੇ ਹੁੰਦੇ ਨਾ ਇੱਦਾਂ ਦੀਆਂ ਵਾਕਿਆ, ਉਸ ਲੈਵਲ ਦੀ ਇਹ ਹੈ। ਯੂਟਿਊਬ 'ਤੇ ਹੈ ਵੀ ਵੱਡੇ ਚੈਨਲਾਂ ਨੇ ਇਹ ਦਿਖਾਈ ਕਈ ਜਗ੍ਹਾ ਕਈਆਂ ਨੇ, ਅਤੇ ਤਾਂ ਮੈਂ ਕਹਿੰਦਾ ਕਿ ਭਾਜੀ ਨੇ ਸਾਨੂੰ ਅਹਿਸਾਨ ਹੀ ਕੀਤਾ ਇੱਥੇ ਲਿਆ ਕੇ, ਸਾਨੂੰ ਅੰਦਾਜ਼ਾ ਨਹੀਂ ਸੀਗਾ ਕਿ ਐਡੀ ਵੱਡੀ, ਨਹੀਂ ਤਾਂ ਅਸੀਂ ਉਚੇਚਾ ਹੀ ਪਹੁੰਚ ਜਾਂਦੇ ਇੱਥੇ ਹੈ ਨਾ, ਅਤੇ ਜ਼ਿਆਦਾਤਰ ਤਾਂ ਹਿਮਾਚਲ ਹੀ ਉੱਥੇ ਘੁੰਮਦੇ ਆ, ਪਰ ਸਾਡੇ ਭਰਾ ਵੀ ਜ਼ਿਆਦਾ ਸਾਨੂੰ ਪੰਜਾਬੀ ਲੱਭੇ ਉੱਥੇ, ਕਿਉਂਕਿ ਦੇਖਣ ਤਾਂ ਹਰ ਜਗ੍ਹਾ ਤੁਹਾਨੂੰ ਪਤਾ ਪਹੁੰਚ ਜਾਂਦੇ, ਜਦ ਹੈ ਹੀ ਪੰਜਾਬ ਪੁਰਾਣਾ ਤਾਂ ਫਿਰ ਗੱਲ ਕਾਹਦੀ ਹੈ ਨਾ। ਅਤੇ ਇਹਦੇ ਬਾਰੇ ਵੀ ਤੁਹਾਨੂੰ ਪਤਾ ਜਿੱਥੇ ਕੋਈ ਹੋਵੇ ਉੱਥੇ ਇੱਦਾਂ ਦੀਆਂ ਗੱਲਾਂ ਕੁਛ ਨਾ ਕੁਛ ਜ਼ਰੂਰ ਜੁੜੀਆਂ ਹੁੰਦੀਆਂ ਨਾਲ, ਕਿ ਹੈ ਨਾ ਇਹ ਇਤਿਹਾਸ ਆ ਜੀ। ਜਿੱਦਾਂ ਕਿ ਕਹਿੰਦੇ ਉਹਨਾਂ ਨੇ ਜਦੋਂ 14 ਸਾਲ ਉਹ ਬਨਵਾਸ ਦੇ ਵਿੱਚ ਰਹੇ ਪਾਂਡਵ, ਅਤੇ ਉਹਨਾਂ ਨੇ ਇਹ ਫਿਰ ਮੰਦਰ, ਉਹਨਾਂ ਨੇ ਕਈ ਜਗ੍ਹਾ ਉਸ ਵੇਲੇ ਦੀਆਂ ਮਿਲਦੀਆਂ ਉਹਨਾਂ ਦੀਆਂ ਬਣਾਈਆਂ ਹੋਈਆਂ ਸਾਡੇ ਆਸ ਪਾਸ, ਇੱਧਰ ਹੈ ਨਾ ਦਸੂਏ ਵੀ ਆਏ ਉਹ ਇੱਧਰ ਹੁਸ਼ਿਆਰਪੁਰ 'ਚ, ਅਤੇ ਹੋਰ ਇੱਧਰ ਪਹਾੜੀਆਂ ਜਿਹੜੀਆਂ ਤਾਂ ਨੂੰ ਸਾਡੇ ਇੱਧਰ ਨੂੰ ਕਾਦੀ ਸ਼ਿਵਾਲਕ ਦੀਆਂ ਪਹਾੜੀਆਂ ਜਿਹਨਾਂ ਨੂੰ ਸ਼ਾਇਦ ਕਹਿੰਦੇ ਨਾ, ਉਹਨਾਂ 'ਚ ਵੀ ਸਥਾਨ ਕੁਛ ਮਿਲਦੇ ਇਹਨਾਂ ਦੇ ਨਿਸ਼ਾਨ ਸਾਡੇ ਇਲਾਕੇ ਹਰਸੀ ਪਿੰਡ, ਉੱਥੇ ਵੀ ਸਥਾਨ ਆ, ਮਤਲਬ ਕਿ ਉਹ ਇਸ ਪਾਸੇ ਬਹੁਤ ਆਏ ਆ ਉਹ 14 ਸਾਲ ਦੇ ਉਸ ਟਾਈਮ ਦੇ ਵਿੱਚ। ਤਾਂ ਦੇਖੋ ਕਿੰਨਾ ਟਾਈਮ ਲੱਗਾ ਹੋਊਗਾ ਇਹਨੂੰ ਬਣਾਉਂਦਿਆਂ ਨੂੰ ਵੀ, ਤਾਂ ਇਹ ਵੀ ਮਤਲਬ ਕਿ ਉਹਦੇ ਸਾਰੀ ਆਪਣੀ ਯਾਤਰਾ ਦੇ ਡਿਊਰਿੰਗ ਉਹਨਾਂ ਨੇ ਬਣਾਇਆ, ਹੋਰ ਵੀ ਉਹਨਾਂ ਨੇ ਜਗ੍ਹਾ ਬਣਾਈਆਂ ਉਸ ਵੇਲੇ 'ਚ ਹੈ ਨਾ, ਅਤੇ ਕਿੰਨੇ ਇਕੱਲੇ ਮੈਨੂੰ ਲੱਗਦਾ ਪਰਸਨਲ ਜਿੱਦਾਂ ਕਮਰੇ ਹੁੰਦੇ ਆਪਣੇ ਪਰਸਨਲ ਹੈ ਨਾ ਰੂਮ, ਉੱਦਾਂ ਹੋਊਗਾ ਕਿੰਨੇ ਸਾਰੇ ਜਿਹੜੇ ਲਾਈਨ ਵਿੱਚ ਬਣੇ। ਤਾਂ ਇੱਕ ਵੱਡਾ ਮੰਦਰ ਆ ਜਿਹਦੇ ਵਿੱਚ ਸ਼ਿਵਲਿੰਗ ਸਥਾਪਿਤ ਆ ਨਾ, ਅਤੇ ਆਹ ਤੁਸੀਂ ਦੇਖਦੇ ਕਿ ਬਹੁਤ ਹਿੱਸਾ ਇਮਾਰਤ ਦਾ ਜਿਹੜਾ ਉਹ ਢੱਠ ਵੀ ਚੁੱਕਾ ਆ, ਬਹੁਤ ਹਿੱਸਾ ਆ ਇਹ, ਕਿਉਂਕਿ ਪੁਰਾਣਾ ਹੀ ਇੰਨਾ ਹੋ ਗਿਆ। ਤਾਂ ਦੂਜੀ ਗੱਲ ਅਸੀਂ ਜਿਹੜੀ ਕਮੀ ਲੱਗੀ ਮੈਨੂੰ ਇਸ ਗੱਲ ਦੀ, ਤੁਸੀਂ ਵੀ ਦੱਸਿਓ ਕਿ ਸਾਂਭ ਸੰਭਾਲ, ਕਿਉਂਕਿ ਬਹੁਤ ਵੱਡੀ ਇਤਿਹਾਸਿਕ ਜਗ੍ਹਾ ਜੀ, ਅਤੇ ਇਹ ਹਿੰਦੂ ਵੀਰਾਂ ਨੂੰ ਚਾਹੀਦਾ ਇਹਨਾਂ ਇਹਦੀ ਸੰਭਾਲ ਕੀਤੀ ਜਾਵੇ। ਇਤਿਹਾਸਿਕ ਸਥਾਨ ਇੱਦਾਂ ਦੇ ਰੋਜ਼ ਰੋਜ਼ ਥੋੜ੍ਹੀ ਲੱਭਦੇ ਆ, ਇਹਨਾਂ ਨੂੰ ਸਾਂਭਣਾ ਚਾਹੀਦਾ ਹੈ ਨਾ, ਆਪਣਾ ਗਵਾਉਂਦੀ ਜਾ ਰਹੀ ਆਪਣਾ ਆਪ ਹੌਲੀ ਹੌਲੀ ਕਰਕੇ ਹੈ ਨਾ, ਅਤੇ ਇਹ ਬਹੁਤ ਸਾਂਭਣ ਵਾਲੀ ਜਗ੍ਹਾ ਆ ਬਹੁਤ ਜ਼ਿਆਦਾ, ਕਿਉਂਕਿ ਲੋਕ ਆਪੇ ਹੀ ਹਰ ਤਰ੍ਹਾਂ ਦੇ ਆਉਂਦੇ ਆ, ਉਹ ਕਈ ਨੁਕਸਾਨ ਵਿਚਾਰਾਂ ਦੇ ਉੱਤੇ ਚੜ੍ਹੇ ਫਿਰਦੇ ਆ ਜਿੱਦਾਂ ਮਰਜ਼ੀ ਹੈ ਨਾ, ਤਾਂ ਨਹੀਂ ਮੇਰਾ ਖਿਆਲ ਇੱਦਾਂ ਨਹੀਂ ਚਾਹੀਦਾ।
ਇਤਿਹਾਸਕ ਜਗ੍ਹਾ ਜਿੱਦਾਂ ਸਾਡੇ ਲੋਕ ਵੀ ਗਵਾਈ ਜਾਂਦੇ ਆ, ਤਾਂ ਹਿੰਦੂ ਵੀਰ ਵੀ ਮੈਂ ਦੇਖਿਆ ਕਿ ਉਹ ਇਹਨੂੰ ਸੰਭਾਲ ਨਹੀਂ ਪਾ ਰਹੇ। ਇੱਥੇ ਕੋਈ ਮੈਨੂੰ ਇੱਦਾਂ ਦੀ ਸਿਕਿਉਰਿਟੀ ਨਹੀਂ ਨਜ਼ਰ ਆਈ, ਚਾਹੀਦਾ ਹੈ ਨਾ ਲੋਕ ਜਿੱਥੇ ਇੱਕ ਤਾਂ ਨੁਕਸਾਨ ਜਾਨੀ ਵੀ ਕਿਸੇ ਨਾ ਕਿਸੇ ਦਾ ਹੋ ਜਾਂਦਾ ਆ, ਉੱਥੋਂ ਵੀ ਰੋਕਣਾ ਚਾਹੀਦਾ। ਬਿਲਕੁਲ ਪਾਣੀ 'ਚ ਜਾ ਕੇ ਨਹਾਉਣ ਲੱਗ ਪੈਂਦੇ, ਜਿੱਦਾਂ ਲੋਕ ਭਾਅ ਜੀ ਦੱਸਦੇ ਸੀ ਵੀ ਖੂਹ ਹੈਗਾ ਉੱਥੇ, ਕਿੱਥੇ ਪਤਾ ਲੱਗਦਾ ਖੂਹ ਦਾ। ਅਤੇ ਉੱਦਾਂ ਆਹ ਬੇੜੀ 'ਚ ਤੁਸੀਂ ਦੇਖ ਰਹੇ ਕਿ ਬਿਠਾ ਕੇ ਉਹ ਨਾ ਕਰਵਾ ਦਿੰਦੇ ਯਾਤਰਾ ਵਧੀਆ, ਅਤੇ 200 ਰੁਪਈਆ ਸ਼ਾਇਦ ਲੈਂਦਾ ਆ, ਪਰ ਇੱਕ ਵਾਰੀ ਘੁਮਾ ਦਿੰਦੇ ਫੜ ਕੇ ਆ ਟੋਰ ਨਾਲ, ਜੈਕਟਾਂ ਜੂਟਾਂ ਪਵਾ ਕੇ ਬਿਠਾਉਂਦੇ, ਤਾਂ ਚਲੋ ਸੇਫ ਜਗ੍ਹਾ ਆ ਹੈ ਨਾ। ਅਤੇ ਵਧੀਆ ਹੈਗੀ ਸਾਰੀ ਜਗ੍ਹਾ, ਕੋਈ ਮਤਲਬ ਕਿ ਬਸ ਕਮਾਲ ਹੀ ਆ ਜੀ ਨਿਸ਼ਬਦ। ਆਹੋ ਅਗਲੇ ਗੇੜੇ ਚੱਲਦੇ ਆ, ਫੇਰ ਨਹੀਂ ਯਾਰ ਆਉਣਾ, 200 ਰੁਪਈਆ ਦੇ ਦੇਣਾ ਉਹਨੂੰ, ਤਾਂ ਸਿੱਧੀ ਜੀ ਗੱਲ ਪਾ ਜਾਣੀ ਹੈ। ਬਹੁਤ ਵਧੀਆ ਯਾਰ, ਦਰਸ਼ਨ ਮਿਲੇ ਹੋ ਗਏ ਸਾਰੇ ਹੀ ਆਏ ਆ। 14 ਨੂੰ ਬਾਹਰ ਵਾਲਾ 200 ਦਾ ਝੋੜਾ ਲੈਣਾ ਵੀ ਬੰਦੇ ਆਪਣੇ ਬਣਨੀ ਰੀਅਲ ਪਹੁੰਚਣਾ ਸਾਰੀ ਸਾਰਾ ਹੀ ਪਿੰਡ ਹੋਣੀ ਸਾਰੇ ਫਿਰਨ ਦਾ ਆ। ਮੈਂ ਕਹਾਂ ਉਹਨਾਂ ਨੇ ਪਰਨਿਆਂ ਦੇ ਉੱਤੇ ਪਰਨੇ ਬੰਨੇ, ਮੈਂ ਕਹਾਂ ਸਾਰੇ ਸਾਡੇ ਪਿੰਡਾਂ ਦੇ ਲਾ ਦੇ। ਹੁਣ ਤਾਂ ਓਏ ਇਹ ਮੁੰਡਾ ਪੁੱਟ ਦੀ ਗਿਆ ਬਾਬਾ, ਕੋਈ ਨਹੀਂ ਭਰਾਵਾ ਕੱਟ ਪਏ ਆ ਇੱਕ ਵਾਰੀ ਅੱਗੇ। ਅੱਛਾ ਬੰਨੇ ਦਾ ਉਹਦੇ ਦੀ ਅੱਗੇ ਤੋੜੇ ਉੜਦਾ ਵਰਜੇ ਹੀ ਖੁੱਲਣਗੇ। ਆ ਜਾਓ ਕੋਈ ਚੱਕਰ ਹੀ ਨਹੀਂਗਾ। ਹੋ ਦੇ ਬੰਦਾ ਆ ਗਿਆ ਸਾਰੇ ਆ ਚੱਕੇ ਪਰਨੇ ਪਰ ਉੱਚੀ ਥਾਂ ਤੇ ਖਲੋਤਾ ਮੰਦਿਰ, ਅਤੇ ਮੰਦਰ ਦੇ ਪੈਰਾਂ 'ਚ ਵੱਜ ਵੱਜ ਕੇ ਮੁੜਦਾ ਇਹ ਡੈਮ ਦਾ ਪਾਣੀ, ਇੰਨਾ ਸੋਹਣਾ ਲੱਗਦਾ, ਅਟਖੇਲੀਆਂ ਕਰਦਾ ਇਹ ਪਾਣੀ। ਇਹ ਕਿਸੇ ਸਮੁੰਦਰ ਤੋਂ ਘੱਟ ਥੋੜ੍ਹੀ ਲੱਗਦਾ ਆ। ਮੈਂ ਕਹਿੰਦਾ ਜਿਨ੍ਹਾਂ ਦੇ ਬਾਹਰ ਜਾਣ ਵਾਲਾ ਕੀੜਾ ਨਹੀਂ ਪੂਰਾ ਹੋ ਸਕਿਆ, ਰਹਿ ਗਿਆ ਵਿੱਚ ਹੀ, ਉਹ ਇੱਥੇ ਆਓ, ਸਾਡੇ ਅਸੀਂ ਵੀ ਉਹਨਾਂ 'ਚੋਂ ਹੀ ਹਾਂ, ਸਾਡੇ ਵਰਗੇ। ਇੱਥੇ ਆਓ, ਤੁਹਾਨੂੰ ਲੱਗੂਗਾ ਕਿਸੇ ਨਿਊਜ਼ੀਲੈਂਡ, ਆਸਟ੍ਰੇਲੀਆ, ਕੈਨੇਡਾ ਦੇ ਬੀਚ 'ਤੇ ਆ ਗਏ ਹਾਂ। ਆਪਣੇ ਦੇਸ਼ ਦੀ ਖੂਬਸੂਰਤੀ ਨਹੀਂ ਦੇਖੋ, ਬਾਹਰ ਨੂੰ ਕਾਹਨੂੰ ਦੌੜਨਾ, ਜੇ ਨਹੀਂ ਜਾ ਹੁੰਦਾ ਤਾਂ ਫਾਹ ਲੈਣਾ ਹੈ। ਇਹ ਦੇਖੋ ਡੈਮ ਆ, ਪਰ ਲੱਗਦਾ ਸਮੁੰਦਰ ਆ। ਅਸਲ ਵਿੱਚ ਇਹ ਹੱਦ ਆ ਨਾ ਪੰਜਾਬ ਦੀ ਅਤੇ ਹਿਮਾਚਲ ਦੀ, ਬੰਨ ਤੋਂ ਦੇਖ ਕੇ ਨਹੀਂ ਤਲਵਾੜੇ ਵਾਲੇ ਤੋਂ ਇਹ ਡੈਮ ਦਾ ਆਈਡੀਆ ਹੁੰਦਾ ਵੀ ਐਡਾ ਐਡੀ ਗੱਲਬਾਤ ਹੋਊਗੀ, ਇੱਥੋਂ ਪਤਾ ਲੱਗਦਾ। ਗੁਰੂ ਜੀ ਸਤਿ ਸ਼੍ਰੀ ਅਕਾਲ, ਆਪਕੋ ਇਹ ਬਾਤ ਬਤਾਤਾ ਹੂੰ ਜੀ, ਇਹ ਆਪਣੇ ਅਰਜੁਨ ਹੋਤੇ ਥੇ, ਅਰਜੁਨ ਪੰਜ ਪਾਂਡਵ। ਸੋਹਣਾ ਗੱਲ ਸੁਣਨ ਵਾਲੀ ਆ, ਦੱਸ ਕੀਤੀ ਕਿਹੜੀ ਆ। ਓਏ ਯਾਰ ਸਾਹਮਣੇ ਪਾ ਕੇ ਓਏ
ਉਹ ਭੈਣ ਦੀ ਹੈ ਕੀ ਕਿਹੜੀ ਉਹ। ਸੋ ਇਹਨਾਂ ਕੁ ਵਿੱਚੋਂ ਵਿੱਚੋਂ ਸ਼ੂਟ ਕੀਤਾ ਸੀਗਾ ਜੀ ਆਪਾਂ ਨੇ, ਤਾਂ ਤੁਸੀਂ ਦੇਖਿਆ, ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਦਿਲ ਤੋਂ। ਤੁਸੀਂ ਵੀ ਕਿਤੇ ਜਾਓ, ਬਹੁਤ ਹੀ ਦੂਰ ਹੈ ਨਹੀਂ ਗਾ, ਪੂਰੀ ਪੈਸਾ ਵਸੂਲ ਜਗ੍ਹਾ ਹੈ, ਪੈਸੇ ਲੱਗਦੇ ਤਾਂ ਹੈ ਹੀ ਨਹੀਂ ਗੇ। ਤਾਂ ਬਹੁਤ ਧੰਨਵਾਦ, ਅੱਗੇ ਸ਼ੇਅਰ ਵੀ ਕਰਿਓ ਜੀ।